हाँ जी सत श्री अकाल जी सारिआं नूं। अज दी अपनी वीडियो हैगी ग्रीस बारे कि ग्रीस दे विच एक नंबर दे विच ते दो नंबर दे विच किन्ना कु टाइम लग जांदा पक्के होण नूं, ते इत्थे सब तों सौखा काम किहड़ा आ। जिद्दां कई कहिंदे आ कि ठंडा दे विच काम बंद हो जांदा आ, ते बहुत वीरां दे मैसेज आउंदे आ पुछदे रहिंदे कि भाई जदों सर्दियां हुंदियां ठंड पैंदी आ ते काम बंद हो जांदा, ते जां एक नंबर दे विच किन्ना कु टाइम लग जांदा पक्के होण नूं, ते दो नंबर दे विच किन्ना कु टाइम लग जांदा पक्के होण नूं। आपां सब तों पहलां तुहानूं दस दईए, जदों तुसीं एक नंबर दे विच आउंदे आ, एक नंबर दे विच भावें तुसीं वर्क वीजे ते आउंदे, जिहदा डेयरी फार्म दे वीजे खुल्ले रहिंदे आ, उहदा भावें तुहाडा कोई पक्का बंदा इधरों अपने पेपर तुहाडे भरा देवे, तो 3 तों 4 महीने का प्रोसैस हुंदा ते तुहाडा सारा कंप्लीट हो जांदा, वीज़ा आ जांदा आ, ठीक है जी। उहदों टाइम उहदे पक्के होण नूं टाइम तुहाडे 6 तों 7 महीने ਵੱਧ ਤੋਂ ਵੱਧ ਲੱਗਦੇ ਪੱਕੇ ਹੋਣ ਨੂੰ, ਅਤੇ ਤੁਸੀਂ ਗ੍ਰੀਸ ਦੇ ਵਿੱਚ ਪੱਕੇ ਹੋ ਜਾਂਦੇ। ਦੋ ਤਰ੍ਹਾਂ ਦੇ ਵਰਕ ਪਰਮਿਟ ਨਿਕਲਦੇ, ਇੱਕ ਤਾਂ 5 ਸਾਲ ਵਾਲਾ ਹੁੰਦਾ, ਉਹ ਸਿਰਫ ਤੁਸੀਂ ਗ੍ਰੀਸ ਦੇ ਵਿੱਚ ਰਹਿ ਸਕਦੇ ਆ। ਇੱਕ ਹੁੰਦਾ ਓਪਨ, ਜਿਹਦੇ ਵਿੱਚ ਤੁਸੀਂ ਛੰਨਗਣ ਕਿਤੇ ਵੀ ਅੱਗੇ 26 ਕੰਟਰੀਆਂ 'ਚ ਮੂਵ ਕਰ ਸਕਦੇ ਆ, ਅਤੇ ਟਾਈਮ ਪ੍ਰੋਸੈਸ ਟਾਈਮ ਸਿਰਫ 6 ਤੋਂ 7 ਮਹੀਨੇ ਲੱਗਦੇ TRC ਬਣਨ ਨੂੰ। ਇੱਕ ਨੰਬਰ ਦੇ ਵਿੱਚ ਬੰਦਾ ਆ ਕੇ ਫਿਰ ਪੱਕਾ ਹੋ ਜਾਂਦਾ ਆ, ਅਤੇ ਕੰਮ ਫਿਰ ਜਿਹੜੇ ਇਹਨਾਂ ਤੋਂ ਜਦੋਂ TRC ਬਣ ਜਾਂਦੀ, ਉਹ ਤਾਂ ਫਿਰ ਕੋਈ ਵੀ ਕੰਮ ਕਰ ਸਕਦਾ। ਇੱਥੇ ਜਿੱਦਾਂ ਡਿਲੀਵਰੀ ਦੇ ਕੰਮ ਹੋ ਗਿਆ, ਫੈਕਟਰੀਆਂ ਦੇ ਵਿੱਚ ਕੰਮ ਹੋ ਗਿਆ, ਅਤੇ ਹੋਰ ਬਥੇਰੇ ਕੰਮ ਹੋ, ਜਿੱਦਾਂ ਟੈਕਸੀ ਦਾ ਕੰਮ ਹੋ ਗਿਆ, ਠੀਕ ਹੈ ਜੀ, ਉਹਦੇ ਵਿੱਚ ਪੈਸੇ ਵਧੀਆ ਬਣ ਜਾਂਦੇ ਆ। ਇੱਕ ਨੰਬਰ ਵਾਲਿਆਂ ਨੂੰ ਤਾਂ ਬਹੁਤ ਸਹੂਲਤਾਂ ਇੱਥੇ ਹੈਗੀਆਂ। ਜਿਹੜਾ ਤਾਂ ਮੇਰਾ ਭਰਾ 2 ਨੰਬਰ 'ਚ ਆਉਂਦੇ ਆ ਡੌਂਕੀ ਲਾ ਕੇ, ਉਹਨਾਂ ਨੂੰ ਦੱਸ ਦਈਏ ਕਿ ਪੇਪਰਾਂ ਦਾ ਪਹਿਲਾਂ ਇਹ ਸੀ ਕਿ ਫਾਰਮ ਦੇ ਵਿੱਚ 6-6 ਮਹੀਨੇ ਬਾਅਦ ਅਸੀਂ ਖਾਰਤੀਆਂ ਰੀਨਿਊ ਕਰਾਉਂਦੇ ਰਹਿੰਦੇ ਸੀਗੇ, ਅਤੇ ਪੱਕਾ ਹੁੰਦਾ ਸੀ ਕਿ 2 ਸਾਲ ਦੇ ਵਿੱਚ ਕਾਰਡ ਆਪਾਂ ਨੂੰ ਮਿਲ ਜਾਣਾ, ਕਿਉਂਕਿ ਆਪਾਂ ਟੈਕਸ ਪੇ ਕਰਦੇ ਸੀ ਨਾ ਹਰੇਕ ਮਹੀਨੇ। ਜਿੱਦਾਂ 700 ਸੈਲਰੀ ਆ, 10% 70 ਯੂਰੋ ਅਸੀਂ ਟੈਕਸ ਪੇ ਕਰਨਾ, ਠੀਕ ਹੈ ਜੀ। ਅਤੇ ਪਰ ਹੁਣ ਇਹਨਾਂ ਨੇ ਉਹ ਵੀ ਬੰਦ ਕਰ ਦਿੱਤਾ ਪੇਪਰ 2 ਨੰਬਰ ਦੇ ਵਿੱਚ। ਪਹਿਲਾਂ ਇਹ ਸੀ ਕਿ 5 ਸਾਲ 'ਚ ਪੱਕਾ ਹੋ ਜਾਂਦਾ ਸੀਗਾ, ਜਿਹੜੇ ਫਾਰਮਾਂ ਦੇ ਵਿੱਚ ਨਹੀਂ ਕੰਮ ਕਰਦੇ ਉੱਦਾਂ ਓਪਨ ਕੰਮ ਕਰਦੇ, ਜਿੱਦਾਂ ਖੇਤੀਬਾੜੀ ਦਾ ਕੰਮ ਕਰਦੇ ਆ, ਅਤੇ ਜਿਹੜੇ ਫਾਰਮਾਂ 'ਚ ਕੰਮ ਕਰਦੇ ਸੀ ਉਹ 2 ਸਾਲ ਦੇ ਵਿੱਚ ਪੱਕੇ ਹੋ ਜਾਂਦੇ ਸੀ, ਪਰ ਇਹਨਾਂ ਨੇ ਉਹ ਖਾਰਤੀਆਂ ਵਾਲਾ ਸਿਸਟਮ ਵੀ ਹੁਣ ਬੰਦ ਕਰ ਦਿੱਤਾ ਆ। ਅਤੇ ਕਿਉਂਕਿ ਇਹਨਾਂ ਨੇ ਸਖਤਾਈ ਇੰਨੀ ਕੁ ਹੁਣ ਕਰ ਦਿੱਤੀ ਆ ਕਿ ਕਿਸੇ ਪਿਛਲੇ ਮਹੀਨੇ ਤੁਸੀਂ ਨਿਊਜ਼ ਕਈਆਂ ਨੇ ਸੁਣੀ ਹੋਣੀ ਕਿ ਕਿਸੇ ਪਾਕਿਸਤਾਨੀ ਨੇ ਇੱਥੇ ਗ੍ਰੀਕਨ ਕੁੜੀ ਦਾ ਕਤਲ ਕਰਤਾ, ਉਹਦੇ ਕਰਕੇ ਇਹਨਾਂ ਨੇ ਬਹੁਤ ਸਖਤਾਈ ਕੀਤੀ। ਆਪਣੇ ਪੰਜਾਬੀ ਮੁੰਡੇ, ਬੰਗਾਲੀ ਅਤੇ ਪਾਕਿਸਤਾਨੀ ਬਹੁਤ ਚੱਕੇ, ਇਹਨਾਂ ਨੇ ਡਿਪੋਰਟ ਬਹੁਤ ਕੀਤੇ, ਇਹਨਾਂ ਨੇ ਇਹ ਵਾਈਟ ਕਾਰਡ ਵਾਲੀਆਂ ਅਪੋਇੰਟਮੈਂਟਾਂ ਓਪਨ ਕਰੀਆਂ ਸੀਗੀਆਂ, ਅਤੇ ਜਿਹੜੇ ਔਨਲਾਈਨ ਸ਼ੋਅ ਹੁੰਦੀ ਆ ਉਹੀ ਮੁੰਡੇ ਜਿੱਦਾਂ ਮਾੜਾ ਮੋਟਾ ਬਾਹਰ ਘੁੰਮ ਸਕਦੇ, ਜਿਹਨਾਂ ਦੀ ਔਨਲਾਈਨ ਨਹੀਂ ਸ਼ੋਅ ਹੁੰਦੀ ਹੈ ਨਾ, ਉਹਨਾਂ ਨੂੰ ਚੱਕ ਕੇ ਡਿਪੋਰਟ ਕਰੀ ਜਾਂਦੇ ਆ, ਜਾਂ ਤੁਹਾਨੂੰ ਤੁਰ ਕੇ ਉਹਨਾਂ ਨੇ ਸਿੱਟ ਦੇਣਾ ਬਾਰਡਰ ਦੇ ਉੱਤੇ ਜਿਹੜਾ ਕੈਂਪ ਬਣਿਆ ਆ, ਅਤੇ ਜਾਂ ਕੈਂਪ ਸਿੱਟ ਦੇਣਾ। ਅਤੇ ਫਿਰ ਕਈ ਮੁੰਡੇ ਵਿਚਾਰੇ ਮੇਰੇ ਨਾਲ ਦੇ ਵੀ ਚੱਕ ਹੋਏ ਆ, ਉਹਨਾਂ ਨੇ ਜਿੱਦਾਂ 25 ਦਿਨ ਦੀ ਉਹਨਾਂ ਨੂੰ ਆਊਟ ਆਫ ਸਟੇ ਕੰਟਰੀ ਦੇ ਦਿੱਤੀ ਆ ਕਿ ਤੁਹਾਨੂੰ 25 ਦਿਨਾਂ ਦੇ ਵਿੱਚ ਕੰਟਰੀ ਆਊਟ ਕਰੋ, ਜੇ ਨਹੀਂ ਆਊਟ ਕਰਨੀ ਤਾਂ ਤੁਹਾਨੂੰ 18 ਮਹੀਨੇ ਜੇਲ੍ਹ 'ਚ ਅਸੀਂ ਡੱਕਣਾ। ਇਸ ਲਈ ਮੇਰਾ ਭਰਾ ਜਿਹੜਾ ਵੀ ਇੱਥੇ ਹੈਗਾ ਆਉਣਾ ਚਾਹੁੰਦਾ ਗ੍ਰੀਸ ਦੇ ਵਿੱਚ 2 ਨੰਬਰ ਦੇ ਵਿੱਚ, ਅਤੇ ਆਪਣੇ ਏਜੰਟ ਨਾਲ ਇਹ ਗੱਲ ਕਰਕੇ ਆਓ ਕਿ ਸਾਨੂੰ ਰੀਜ ਦੇ ਉੱਤੇ ਅਸੀਂ ਪੇਮੈਂਟ ਕਰਨੀ ਆ, ਅਤੇ ਜੇ ਤੁਹਾਡਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਗ੍ਰੀਸ ਦੇ ਵਿੱਚ ਕਿ ਤੁਹਾਨੂੰ ਸਾਂਭਣ ਵਾਲਾ, ਅਤੇ ਫਿਰ ਤੁਸੀਂ ਜਦੋਂ ਭਾਵੇਂ ਤੁਸੀਂ ਸਰਬੀਆ ਤੋਂ ਆਉਂਦੇ ਮੈਕਡੋਨੀਆ ਤਾਂ ਤੁਸੀਂ ਆਉਣਾ ਇੱਥੇ ਸੈਨੋਲਿਕੀ ਗ੍ਰੀਸ ਦੇ ਵਿੱਚ, ਉਹ ਬੋਰਡਰ ਲੱਗਦਾ, ਜਾਂ ਅਲਵਾਨੀਆ ਤਾਂ ਤੁਸੀਂ ਆਉਂਦੇ ਤੁਹਾਨੂੰ ਜਾਨਣਾ ਲੱਗਣਾ, ਅਤੇ ਉੱਥੇ ਸਿੱਧਾ ਤੁਸੀਂ ਗੁਰਦੁਆਰਾ ਸਾਹਿਬ ਇੱਥੇ ਨੂੰ ਜਾਓ, ਅਤੇ ਉੱਥੇ ਤੁਹਾਨੂੰ ਕੋਈ ਨਾ ਕੋਈ ਬੰਦਾ ਮਿਲ ਜਾਂਦਾ ਜਿਹੜਾ ਕੰਮ ਲਈ ਜਿਹਨੂੰ ਲੋੜ ਹੁੰਦੀ ਉਹ ਬੰਦਾ ਆਪ ਹੀ ਲੈ ਜਾਂਦਾ। ਖੇਤੀਬਾੜੀ ਦਾ ਕੰਮ ਹੁਣ ਚੱਲਦਾ ਰਹਿੰਦਾ, ਠੰਡਾ ਦੇ ਵਿੱਚ ਕੋਈ ਕੰਮ ਨਹੀਂ ਇੱਥੇ ਬੰਦ ਹੁੰਦਾ। ਜੈਤੂਨ ਦਾ ਸੀਜ਼ਨ ਸ਼ੁਰੂ ਹੋ ਜਾਣਾ, ਫਿਰ ਸਟ੍ਰੋਬਰੀ ਦਾ ਕੰਮ ਆ ਜਾਂਦਾ, ਸਬਜ਼ੀਆਂ ਦਾ ਕੰਮ ਆ ਜਾਂਦਾ ਆ, ਅਤੇ ਇੱਦਾਂ ਬਥੇਰੇ ਕੰਮ ਚੱਲਦੇ ਹੀ ਰਹਿੰਦੇ ਆ ਇੱਥੇ, ਕੰਮ ਨਹੀਂ ਬੰਦ ਹੁੰਦੇ। ਸ਼ਕਰਗੰਦੀਆਂ ਦਾ ਕੰਮ ਆ ਜਾਂਦਾ, ਅਤੇ ਜਿਹੜਾ ਫਾਰਮ ਦੇ ਵਿੱਚ ਕੰਮ ਹੁੰਦਾ ਉਹ ਸਦਾ ਬਹਾਰ ਕੰਮ ਹੁੰਦਾ, ਉਹਦੇ ਵਿੱਚ 700 ਤੋਂ 800 ਯੂਰੋ ਸੈਲਰੀ ਤਨਖਾਹ ਮਿਲਦੀ ਸਟਾਰਟਿੰਗ, ਰੋਟੀ ਪਾਣੀ ਮਾਲਕ ਦਾ ਹੁੰਦਾ। ਅਤੇ ਕਿਉਂਕਿ ਹੁਣ ਇੱਥੇ ਬੰਦੇ ਜਿੰਨੇ ਵੀ ਸੀ ਸਾਰੇ ਅੱਗੇ ਲੰਘੀ ਜਾਂਦੇ ਆ, ਕਿਉਂਕਿ ਇੱਥੇ ਤੁਹਾਨੂੰ ਪਤਾ ਪੇਪਰਾਂ ਦਾ ਔਖਾ ਆ। ਜੇ ਮੇਰਾ ਭਰਾ ਗ੍ਰੀਸ ਦੇ ਵਿੱਚ ਆਉਣਾ ਸਭ ਤੋਂ ਸੌਖਾ ਆ, ਬੰਦਾ 20-25 ਦਿਨ 'ਚ ਆ ਜਾਂਦਾ, ਪਰ ਮੁੜਨ ਦਾ ਆਸ ਨਹੀਂ ਹੈਗੀ ਕਿ ਆਪਾਂ ਛੇਤੀ ਪੰਜਾਬ ਵਾਪਸ ਮੁੜ ਜਾਵਾਂਗੇ, ਕਿਉਂਕਿ ਪੇਪਰਾਂ ਦੇ ਇੱਥੇ ਭਰਾ ਉਹ ਵੀ ਬੰਦ ਹੋ ਗਏ ਜਿਹੜੇ ਚਾਂਸ ਸੀਗੇ। ਇਸ ਲਈ ਮੇਰਾ ਭਰਾ ਜਿਹੜੇ ਵੀ ਆਉਂਦੇ ਆ ਸਭ ਤੋਂ ਸੌਖਾ ਕੰਮ ਇੱਥੇ ਫਾਰਮਾਂ ਦਾ ਆ। ਖੇਤੀਬਾੜੀ ਦਾ ਕੰਮ ਮੜ ਜਾ ਔਖਾ, ਕਿਉਂਕਿ ਕਈ ਵੇਲੇ ਦਿਹਾੜੀ ਲੱਗਦੀ, ਕਈ ਵੇਲੇ ਨਹੀਂ ਦਿਹਾੜੀ ਲੱਗਦੀ। ਫਾਰਮਾਂ ਦੇ ਕੰਮ 'ਚ ਇਹ ਆ ਕਿ ਤੁਹਾਨੂੰ ਮਹੀਨੇ ਦੀ ਮਹੀਨੇ ਸੈਲਰੀ ਮਿਲ ਜਾਣੀ ਆ, ਅਤੇ ਕੰਮ ਵੀ ਰੋਜ਼ ਦਿਹਾੜੀ ਤੁਹਾਡੀ ਲੱਗੀ ਜਾਣੀ ਆ। ਅਤੇ ਜਿਹੜੀਆਂ ਕਈ ਵਾਰ ਇਹ ਹੁੰਦਾ ਕਿ ਕੁੜੀਆਂ ਦੇ ਕੰਮ ਇੱਥੇ ਕਿਹੜਾ ਆ, ਕੁੜੀਆਂ ਵਾਲੇ ਕੰਮ ਯਾਰ ਇੱਥੇ ਉਹ ਜਿੱਦਾਂ ਹੁੰਦਾ ਲੋਟਰੀ ਦਾ ਕੰਮ ਹੋ ਗਿਆ, ਅਤੇ ਕੋਲ ਸੈਂਟਰ ਦਾ ਕੰਮ ਹੋ ਗਿਆ, ਅਤੇ ਉਸ ਤੋਂ ਬਾਅਦ ਤੁਹਾਨੂੰ ਉਹ ਹੋ ਗਿਆ ਕੀ ਕਹਿੰਦੇ ਆ ਫੈਕਟਰੀਆਂ ਦੇ ਵਿੱਚ ਪੈਕਿੰਗ ਦਾ ਕੰਮ ਹੋ ਗਿਆ, ਮੱਛੀ ਫੈਕਟਰੀ ਦੇ ਇੱਥੇ ਹੈਗੀ, ਉੱਥੇ ਪੈਕਿੰਗ ਦਾ ਕੰਮ ਚੱਲਦਾ ਰਹਿੰਦਾ ਆ। ਅਤੇ ਇਸ ਲਈ ਹੈ ਨਾ ਬਾਕੀ ਮੁੰਡਿਆਂ ਨੇ ਜਿਹੜਾ ਹੁੰਦਾ ਉਹ ਤਾਂ ਖੇਤੀਬਾੜੀ ਦੇ ਕੰਮ ਹੀ ਕਰਨਾ ਪੈਂਦਾ ਭਰਾ 2 ਨੰਬਰ 'ਚ ਵੀ ਆ ਕੇ, ਕਿਉਂਕਿ 2 ਨੰਬਰ 'ਚ ਹੋਰ ਕੋਈ ਕੰਮ ਨਹੀਂ ਮਿਲਦਾ, ਜਾਂ ਕਿਸੇ ਦੇ ਪੇਪਰਾਂ ਦੇ ਉੱਤੇ ਜੇ ਤੁਸੀਂ ਫੈਕਟਰੀ 'ਚ ਕੰਮ ਕਰਨਾ ਉਹ ਲੱਗ ਸਕਦੇ ਆ, ਉਹਦੇ 'ਚ ਤੁਹਾਡੇ 900-1000 ਯੂਰੋ ਸੈਲਰੀ ਮਿਲ ਜਾਣੀ। ਅਤੇ ਕਈਆਂ 'ਤੇ ਹੁਣ ਜਿੱਦਾਂ ਜੈਤੂਨ ਦਾ ਸੀਜ਼ਨ ਸ਼ੁਰੂ ਹੋ ਜਾਣਾ, ਜੇ ਤੁਸੀਂ ਫੈਕਟਰੀ 'ਚ ਨਹੀਂ ਕੰਮ ਕਰਨਾ ਉੱਥੇ 40 ਰੁਪਏ ਦਿਹਾੜੀ ਮਿਲ ਜਾਣੀ, 1200 ਯੂਰੋ ਮਹੀਨੇ ਦਾ ਬਣ ਜਾ ਕਰਨਾ, ਪਰ ਚੱਕਰ ਇਹ ਆ ਜਦੋਂ ਮੀਂਹ ਪੈਂਦਾ ਦਿਹਾੜੀ ਟੁੱਟ ਜਾਂਦੀ ਆ। ਇਸ ਲਈ ਇਹ ਕਹਿਣਾ ਚਾਹੁੰਦਾ ਕਿ ਗ੍ਰੀਸ ਦੇ ਵਿੱਚ ਆਉਣਾ ਸਭ ਤੋਂ ਸੌਖਾ ਆ, ਪਰ ਪਿੱਛੇ ਮੁੜਨ ਦਾ ਚਾਂਸ ਨਹੀਂ ਹੈਗਾ, ਇੱਥੋਂ ਅੱਗੇ ਹੀ ਲੰਘਣਾ ਪੈਂਦਾ ਭਰਾ। ਪੇਪਰਾਂ ਦਾ ਔਖਾ ਆ, ਪੇਪਰ ਮਾੜੇ ਮੋਟੇ ਜਿਹੜਾ ਚਾਂਸ ਸੀ ਉਹ ਵੀ ਹੁਣ ਬੰਦ ਹੋ ਗਏ ਆ। ਇਸ ਲਈ ਜੇ ਕਿਸੇ ਨੇ ਆਉਣਾ ਵੱਧ ਤੋਂ ਵੱਧ, ਜੇ ਗ੍ਰੀਸ ਦੇ 2 ਨੰਬਰ 'ਚ ਕਿੰਨੇ 5.5-6 ਲੱਖ ਰੁਪਇਆ ਲੱਗਦਾ ਮੇਰੇ ਖਿਆਲ ਨਾਲ ਗ੍ਰੀਸ ਦੇ ਵਿੱਚ
ਅਤੇ ਇਹਦੇ ਨਾਲ ਤੁਸੀਂ ਲੱਖ ਖੰਡ ਹੋਰ ਪਾ ਕੇ ਸਰਬੀਆ ਤੋਂ ਆਸਟਰੀਆ ਵੱਲ ਲੰਘ ਜਾਓ ਉੱਧਰ, ਕਿਉਂਕਿ ਪੇਪਰਾਂ ਦਾ ਵੀ ਚਾਂਸ ਮੇਰਾ ਭਰਾ ਹੁੰਦਾ, ਇੱਧਰ ਪੇਪਰਾਂ ਦਾ ਨਹੀਂ ਕੋਈ ਚਾਂਸ ਹੈਗਾ ਹੁਣ। ਇਸ ਲਈ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ, ਅਤੇ ਅੱਗੇ ਫਿਰ ਆਪਾਂ ਅਗਲੇ ਬਣਾ ਕੇ ਵੀਡੀਓ ਪਾਵਾਂਗੇ। ਅਤੇ ਕੰਮ ਦੇ ਤੌਰ 'ਤੇ ਟਾਈਮ ਨਹੀਂ ਲੱਗਦਾ ਵੀਡੀਓ ਬਣਾਉਣ ਨੂੰ, ਬਹੁਤ ਚਿਰ ਬਾਅਦ ਵੀਡੀਓ ਬਣਾ ਕੇ ਆਪਾਂ ਪਾਉਣ ਲੱਗੇ ਹਾਂ। ਅਗਲੀ ਵੀ ਵੀਡੀਓ ਬਹੁਤ ਮੈਂ ਛੇਤੀ ਹੁਣ ਬਣਾਊਂਗਾ ਅਤੇ ਆਪਾਂ ਚੈਨਲ 'ਤੇ ਪਾਵਾਂਗੇ। ਵੀਡੀਓ ਦੇਖਣ ਲਈ ਆਪਣਾ ਟਾਈਮ ਕੱਢਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।